ਸੀ ਤੇ ਮੈਂ ਗੂਗਲ ਤੇ ਸਰਚ ਕੀਤਾ ਸੀਮਾ ਕੋਲ ਆਏ ਸਾਰੇ ਡਾਕਟਰਾਂ ਨੇ ਸਾਨੂੰ ਮਨਾ ਕਰ ਦਿੱਤਾ ਸੀ ਕਿ ਇੱਕ ਸਾਲ ਤੋਂ ਪਹਿਲਾਂ ਇਹਨਾਂ ਦਾ ਬੇਬੀ ਦਾ ਆਪਰੇਟ ਨਹੀਂ ਹੋ ਸਕਦਾ ਪਰ ਮੇਰੀ ਬੇਬੀ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਅਤੇ ਕੱਲ੍ਹ ਮੇਰੇ ਬੇਬੀ ਦਾ ਆਪਰੇਟ ਹੋਇਆ ਅਤੇ ਬਿਲਕੁਲ ਠੀਕ ਠਾਕ ਹੋ ਇੱਕ ਅਸੀਂ ਥੈਂਕਫੁੱਲ ਹਾਂ ਸਮਝਦੇ ਮੇਰੀ ਬੇਬੀ ਨੂੰ ਹਰਨੀਆ ਦੀ ਪ੍ਰੋਬਲਮ ਹੋ ਗਈ ਸੀ ਅਤੇ ਮੈਂ ਗੂਗਲ 'ਤੇ ਸਰਚ ਕੀਤਾ ਡਾਕਟਰ ਅਹਲੂਵਾਲੀਆ ਬਾਰੇ ਅਤੇ ਅਸੀਂ ਇਹਨਾਂ ਕੋਲ ਆਏ ਸਾਰੇ ਡਾਕਟਰਾਂ ਨੇ ਸਾਨੂੰ ਮਨਾ ਕਰ ਦਿੱਤਾ ਸੀ ਕਿ ਇੱਕ ਸਾਲ ਤੋਂ ਪਹਿਲਾਂ ਇਹਨਾਂ ਦਾ ਬੇਬੀ ਦਾ ਆਪਰੇਟ ਨਹੀਂ ਹੋ ਸਕਦਾ ਪਰ ਮੇਰੀ ਬੇਬੀ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਇਸ ਕਰਕੇ ਫਿਰ ਅਸੀਂ ਸਰ ਨੂੰ ਮਿਲੇ ਸਰ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕਰ ਦਿੰਦੇ ਹਾਂ ਅਤੇ ਕੱਲ੍ਹ ਮੇਰੇ ਬੇਬੀ ਦਾ ਆਪਰੇਟ ਹੋਇਆ ਅਤੇ ਬਿਲਕੁਲ ਠੀਕ ਠਾਕ ਹੈ ਇੱਥੇ ਦਾ ਸਟਾਫ ਬਹੁਤ ਅੱਛਾ ਆ ਅਸੀਂ ਥੈਂਕਫੁੱਲ ਹਾਂ ਸਮਝਦੇ ਅਤੇ ਪਲੀਜ਼ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਇੱਦਾਂ ਦੀ ਤਾਂ ਇੱਕ ਵਾਰੀ ਡਾਕਟਰ ਨੂੰ ਆ ਕੇ ਜ਼ਰੂਰ ਮਿਲੋ ਥੈਂਕ ਯੂ